ਵਾਰੇ ਤਾਂ ਅਸੀਂ ਸਾਰੇ ਭਾਰਤ ਵਿੱਚ ਫੈਲ ਚੁੱਕਾ ਹੈ, ਉਹਦੇ ਚੱਲਦੇ ਅੱਜ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਬਾਹਰ ਅਸੀਂ ਖੜ੍ਹੇ ਹਾਂ ਅਤੇ ਤੁਹਾਨੂੰ ਵਿਖਾਵਾਂਗੇ ਉਹ ਨਜ਼ਾਰੇ ਹਰਿਮੰਦਰ ਸਾਹਿਬ ਦੇ ਜਿੱਥੇ ਅੱਜ ਮੱਸਿਆ ਦਾ ਦਿਨ ਹੈ ਅਤੇ ਮੱਸਿਆ ਦੇ ਦਿਨ 'ਤੇ ਚੱਲਦੇ ਸਾਰੇ ਇੱਥੇ ਲੱਖਾਂ ਦੀ ਗਿਣਤੀ ਨਾਲ ਸ਼ਰਧਾਲੂ ਨਜ਼ਰ ਆਉਂਦੇ ਹੁੰਦੇ ਸੀ ਅਤੇ ਚਹਿਲ ਕਦਮੀ ਹੁੰਦੀ ਸੀ, ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਸੀ, ਉਸਦੇ ਚੱਲਦੇ ਅੱਜ ਅਸੀਂ ਹਰਿਮੰਦਰ ਸਾਹਿਬ ਦੇ ਅੰਦਰ ਬਾਹਰ ਖਲੋਤੇ ਹਾਂ ਅਤੇ ਇੱਕਾ ਦੁੱਕਾ ਸ਼ਰਧਾਲੂ ਨਜ਼ਰ ਆ ਰਹੇ ਨੇ, ਕਿਉਂਕਿ ਇਹ ਉਹ ਸ਼ਰਧਾਲੂ ਨੇ ਜਿਹੜੇ ਇੱਥੇ ਅੰਮ੍ਰਿਤਸਰ 'ਚ ਲੋਕਲ ਸਰਾਵਾਂ ਦੇ ਵਿੱਚ ਠਹਿਰੇ ਹੋਏ ਨੇ। ਅਤੇ ਉਸਦੇ ਚੱਲਦੇ ਕਿ ਅੰਮ੍ਰਿਤਸਰ ਦੇ ਲੋਕਲ ਸ਼ਰਧਾਲੂ ਤੁਹਾਨੂੰ ਕੋਈ ਵੀ ਨਜ਼ਰ ਨਹੀਂ ਆਏਗਾ, ਉਹ ਇਸ ਕਰਕੇ ਕਿ ਕਿਉਂਕਿ ਕਰਫਿਊ ਦੇ ਸਖਤ ਆਰਡਰਾਂ ਕਾਰਨ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਪੰਜਾਬ ਸਰਕਾਰ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ, ਜਿਸ ਦੇ ਚੱਲਦੇ ਅੱਜ ਮੱਸਿਆ ਦਿਨ 'ਚ ਤੁਹਾਨੂੰ ਇੱਕ ਦੋ ਸ਼ਰਧਾਲੂ ਨਜ਼ਰ ਆਏ। ਅੰਮ੍ਰਿਤਸਰ ਤੋਂ ਪ੍ਰਾਈਮ ਨਿਊਜ਼ ਦੇ ਨਾਲ ਲਲਿਤ ਸ਼ਰਮਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੁੱਚਾ ਵਿਸ਼ਵ ਕੋਰੋਨਾ ਵਾਇਰਸ ਕਾਰਨ ਇੱਕ ਵੱਡੀ ਮਹਾਮਾਰੀ ਦੀ ਲਪੇਟ ਦੇ ਵਿੱਚ ਆਇਆ ਹੋਇਆ। ਸੰਸਾਰ ਭਰ ਦੇ ਵਿੱਚ ਸਾਡਾ ਸਿੱਖ ਭਾਈਚਾਰਾ ਵੱਸਦਾ ਹੈ। ਮੈਂ ਆਪਣੇ ਸਿੱਖ ਭਾਈਚਾਰੇ ਨੂੰ ਇਹ ਅਪੀਲ ਕਰਦਾ ਕਿ ਇਸ ਬਿਮਾਰੀ ਪ੍ਰਤੀ ਆਪ ਸੁਚੇਤ ਹੋਵੋ, ਸਾਵਧਾਨ ਹੋਵੋ, ਆਪਣੇ ਪਰਿਵਾਰਾਂ ਨੂੰ, ਆਪਣੇ ਬੱਚਿਆਂ ਨੂੰ ਸਾਵਧਾਨ ਕਰੋ, ਸੁਚੇਤ ਕਰੋ। ਮੀਡੀਆ ਦਾ ਕੁਝ ਹਿੱਸਾ ਜਿਹੜਾ ਹੈ ਉਹ ਸਾਨੂੰ ਅਵੇਅਰ ਕਰ ਰਿਹਾ, ਸਾਵਧਾਨ ਕਰ ਰਿਹਾ, ਸੁਚੇਤ ਕਰ ਰਿਹਾ, ਉਹਨੂੰ ਸੁਣੋ। ਕੁਝ ਹਿੱਸਾ ਮੀਡੀਆ ਦਾ ਅਜਿਹਾ ਵੀ ਹੈ ਜਿਹੜਾ ਸਾਨੂੰ ਭੈਭੀਤ ਕਰ ਰਿਹਾ, ਡਰਾ ਰਿਹਾ। ਨਾ ਤਾਂ ਅਸੀਂ ਆਪ ਡਰਨਾ, ਭੈਭੀਤ ਹੋਣਾ, ਅਤੇ ਨਾ ਹੀ ਅਸੀਂ ਆਪਣੇ ਬੱਚਿਆਂ, ਆਪਣੇ ਪਰਿਵਾਰ ਦੇ ਜੀਆਂ ਨੂੰ ਡਰਾਉਣਾ, ਭੈਭੀਤ ਕਰਨਾ। ਅਵੇਅਰ ਹੋਣਾ ਜਿਹੜਾ ਹੈ, ਅਵੇਅਰ ਕਰਨਾ ਜਿਹੜਾ ਹੋਰ ਗੱਲ ਹੈ, ਡਰਨਾ ਜਾਂ ਡਰਾਉਣਾ ਜਿਹੜਾ ਹੈ ਇਹ ਦੂਜੀ ਗੱਲ ਹੈ। ਅਸੀਂ ਨਾ ਡਰਨਾ ਨਾ ਡਰਾਉਣਾ, ਸਾਵਧਾਨੀਆਂ ਜ਼ਰੂਰ ਅਸੀਂ ਵਰਤਣੀਆਂ ਜੋ ਸਿਹਤ ਵਿਭਾਗ ਵੱਲੋਂ ਦੱਸੀਆਂ ਜਾ ਰਹੀਆਂ ਨੇ। ਜਿਹੜੀ ਚੀਜ਼ ਦਾ ਅਸੀਂ ਵਾਰ ਵਾਰ ਧਿਆਨ ਧਾਰਦੇ ਹਾਂ, ਜਿਹੜੀ ਚੀਜ਼ ਨੂੰ ਅਸੀਂ ਵਾਰ ਵਾਰ ਆਪਣੇ ਮੁੱਖੋਂ ਉਚਾਰਦੇ ਹਾਂ, ਉਹ ਚੀਜ਼ ਸਾਡੀਆਂ ਸਿਮਰਤੀਆਂ ਦੇ ਵਿੱਚ, ਸਾਡੀਆਂ ਯਾਦਾਂ ਦੇ ਵਿੱਚ ਵਸ ਜਾਂਦੀ ਹੈ, ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ। ਇਸ ਕਰਕੇ ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਇਸ ਬਿਮਾਰੀ ਦੀ ਚਰਚਾ ਦੀ ਬਜਾਏ ਆਪਣੇ ਘਰਾਂ ਦੇ ਵਿੱਚ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਈਏ, ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰੀਏ, ਆਪਣੇ ਗੁਰੂ ਦੀਆਂ ਵਡਿਆਈਆਂ, ਗੁਰੂ ਦੀਆਂ ਸਿਫਤਾਂ ਆਪਣੇ ਬੱਚਿਆਂ ਨੂੰ ਸੁਣਾਈਏ, ਆਪਣੇ ਪਰਿਵਾਰ ਦੇ ਜੀਆਂ ਨੂੰ ਸੁਣਾਈਏ। ਜਦੋਂ ਅਸੀਂ ਅਕਾਲ ਪੁਰਖ ਨੂੰ ਯਾਦ ਕਰਾਂਗੇ, ਆਪਣੇ ਗੁਰੂ ਦੀਆਂ ਸਿਫਤਾਂ ਨੂੰ ਅਸੀਂ ਵਾਰ ਵਾਰ ਜਿਹੜਾ ਹੈ ਆਪਣੇ ਬੱਚਿਆਂ ਤਾਂ ਹੀ ਸੁਣਾਵਾਂਗੇ, ਤਾਂ ਜਿਹੜੇ ਗੁਣਾਂ ਨਾਲ ਅਸੀਂ ਆਪਣੇ ਸਤਿਗੁਰਾਂ ਦੀ ਸਿਫਤ ਕਰਾਂਗੇ, ਜਿਹੜੇ ਗੁਣਾਂ ਨਾਲ ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਾਂਗੇ, ਉਹ ਗੁਣ ਸਾਡੀ ਜ਼ਿੰਦਗੀ ਦਾ ਹਿੱਸਾ ਜ਼ਰੂਰ ਬਣਨਗੇ। ਗੁਰਬਾਣੀ ਦਾ ਵੀ ਫਰਮਾਨ ਹੈ, ਗੁਣ ਕਹਿ ਗੁਣੀ ਸਮਾਵਣਿਆ। ਇਸ ਕਰਕੇ ਮੈਂ ਸਾਰੀ ਸਿੱਖ ਸੰਗਤ ਜਿਹੜੀ ਵਿਸ਼ਵ ਦੇ ਵਿੱਚ ਵੱਸਦੀ ਹੈ ਉਹਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਆਪਣੇ ਘਰਾਂ ਦੇ ਵਿੱਚ 10 ਵਜੇ ਅਸੀਂ ਜਪਜੀ ਸਾਹਿਬ ਦਾ ਪਾਠ, ਸੁਖਮਨੀ ਸਾਹਿਬ ਦਾ ਪਾਠ ਜਾਂ ਮੂਲ ਮੰਤਰ ਦਾ ਜਾਪ, ਵਾਹਿਗੁਰੂ ਦਾ ਜਾਪ ਜ਼ਰੂਰ ਜਪੀਏ 10:30 ਵਜੇ ਤੱਕ, ਅਤੇ 10:30 ਵਜੇ ਅਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਅਰਦਾਸ ਕਰੀਏ ਅਕਾਲ ਪੁਰਖ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ, ਵਾਹਿਗੁਰੂ ਸਮੁੱਚੀ ਮਾਨਵਤਾ ਨੂੰ ਇਸ ਬਿਮਾਰੀ ਤੋਂ ਨਜਾਤ ਬਖਸ਼ੇ। ਇਸੇ ਤਰ੍ਹਾਂ ਸ਼ਾਮ ਨੂੰ 5 ਵਜੇ ਅਸੀਂ ਆਪਣੇ ਪਰਿਵਾਰ ਦੇ ਵਿੱਚ ਅਲੱਗ ਅਲੱਗ ਬੈਠ ਕੇ ਗੁਰਬਾਣੀ ਦਾ ਪਾਠ ਕਰੀਏ, ਅਤੇ 5:30 ਵਜੇ ਅਸੀਂ ਅਰਦਾਸ ਕਰੀਏ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ, ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਇਸ ਬਿਮਾਰੀ ਤੋਂ ਨਜਾਤ ਬਖਸ਼ਣ। ਸਰੀਰ ਤੋਂ ਸਰੀਰ ਤੱਕ ਜਿਹੜੀ ਦੂਰੀ ਹੈ ਇਹ
ਦਾ ਮਤਲਬ ਇਹ ਨਹੀਂ ਕਿ ਅਸੀਂ ਸਮਾਜਿਕ ਤੌਰ 'ਤੇ ਜਿਹੜਾ ਹੈ ਉਹ ਦੂਰ ਹੋ ਰਹੇ ਹਾਂ ਜਾਂ ਦੂਰ ਜਾ ਰਹੇ ਹਾਂ ਜਾਂ ਦੂਰ ਹੋ ਜਾਵਾਂਗੇ। ਸਰੀਰ ਦੀ ਸਰੀਰ ਤੋਂ ਦੂਰੀ ਦੂਰੀ ਬਣਾਈ ਰੱਖਣੀ ਜਿਹੜੀ ਹੈ ਇਸ ਮਾਹੌਲ ਦੇ ਵਿੱਚ ਬੜੀ ਜ਼ਰੂਰੀ ਹੈ। ਅਤੇ ਸਮਾਜਿਕ ਨੇੜਤਾ ਜਿਹੜੀ ਹੈ ਸਰੀਰ ਤੋਂ ਸਰੀਰ ਦੀ ਦੂਰੀ ਦੇ ਨਿਯਮ ਨੂੰ ਕਾਇਮ ਰੱਖਦੇ ਹਾਂ। ਸਮਾਜਿਕ ਤੌਰ ਦੇ ਉੱਤੇ ਅਸੀਂ ਇੱਕ ਦੂਸਰੇ ਦੇ ਕਰੀਬ ਰਹਿਣ ਦਾ ਯਤਨ ਕਰਨਾ, ਅਸੀਂ ਸਮਾਜਿਕ ਤੌਰ ਦੇ ਉੱਤੇ ਸਾਰੇ ਇੱਕ ਰਹਿਣਾ, ਇੱਕ ਰਹਾਂਗੇ ਔਰ ਇੱਕ ਰਹਿਣ ਦਾ ਯਤਨ ਕਰਨਾ।